सचखंड श्री दरबार साहिब च लखां दी गिणती च श्रद्धालु नतमस्तक होण दे लई पहुंचदे ने, पर उत्थे ही दरबार साहिब नूं जाण वाले श्रद्धालुआं दे कई दुकानदारां दे वल्लों किराए ते दस्तारां बन्नियां ते दित्तियां जांदियां ने। पर दूसरे पासे सिख जथेबंदियां दे विच भारी रोस पाया गया ते उहनां दे वल्लों डर जताया गया कि अजिहे दे विच कोई शरारती अंसर किसी घटना नूं अंजाम दे सकदा है, क्योंकि हाल ही दे विच दरबार साहिब बेअदबी दी घटना वापरी है। इस संबंधी सिख जथेबंदी आगू परमजीत सिंह अकाली दे वलों ए कहा गया कि दरबार साहिब लखां दी गिणती दे विच श्रद्धालु आउंदे ने ते ना ही दरबार साहिब नतमस्तक होणो किसे नूं रोक सकदे ने। सो इवें ही दस्तार सजा के कोई भी दरबार साहिब घटना नूं अंजाम दे सकदा है। होर की कुछ कहना है इसे दौरान परमजीत सिंह अकाली दा, आओ सुनदे हां। दास परमजीत सिंह अकाली ਮੇਰੇ ਨਾਲ ਭਾਈ ਜਤਿੰਦਰ ਸਿੰਘ ਜੀ, ਭਾਈ ਹਰਜੋਤ ਸਿੰਘ ਇੱਥੇ ਅਸੀਂ ਪਹੁੰਚੇ ਹਾਂ। ਸਾਨੂੰ ਅੱਜ ਪਤਾ ਲੱਗਾ ਸੀਗਾ ਕਿ ਅਖਬਾਰ 'ਚ ਖਬਰ ਲੱਗੀ ਸੀ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਕੋਲ ਦੁਕਾਨਾਂ ਵਾਲੇ ਜਿਹੜੇ ਨੇ ਉਹ ਪੱਗਾਂ ਕਿਰਾਏ ਦਿੰਦੇ ਨੇ। ਕਿਰਾਏ ਤੋਂ ਭਾਵ ਪੱਗ ਕਿਸੇ ਨੇ ਆਉਣਾ ਉਹਨੂੰ ਪੱਗ ਬੰਨ੍ਹ ਦਿੰਦੇ ਨੇ, ਪੱਗ ਦਾ ਕਿਰਾਇਆ ਲੈਂਦੇ ਨੇ, ਪੱਗ ਬੰਨ੍ਹਣ ਦੇ ਪੈਸੇ ਲੈਂਦੇ ਨੇ, ਪੱਗ ਦੀ ਸਿਕਿਉਰਟੀ ਲੈਂਦੇ ਨੇ। ਬਾਅਦ ਦੇ ਵਿੱਚ ਕੋਈ ਵੀ ਬੰਦਾ ਉਹ ਪੱਗ ਵਾਪਸ ਕਰਕੇ ਸਿਕਿਉਰਟੀ ਵਾਪਸ ਲੈ ਕੇ ਜਾਊਗਾ ਅਤੇ ਕਿਰਾਇਆ ਦੇ ਕੇ ਜਾਊਗਾ। ਗੱਡੀ ਲਾਹਣਤ ਦੀ ਗੱਲ ਆ ਕਿ ਤੁਸੀਂ ਕਿਰਾਏ 'ਤੇ ਪੱਗਾਂ 'ਤੇ ਚੱਲਣਾ ਕਿਉਂ? ਜੇ ਤੁਹਾਡੇ ਮਨ 'ਚ ਇੰਨਾ ਸ਼ੌਂਕ ਆ ਤੁਸੀਂ ਸੇਵਾ ਕਰ ਲਓ। ਦੂਸਰੀ ਗੱਲ, ਕੋਈ ਵੀ ਬੰਦਾ ਸ਼ਰਾਰਤੀ ਅਨਸਰ ਹੋ ਸਕਦਾ, ਜਿਹੜਾ ਦਸਤਾਰ ਦਸਤਰ 'ਚ ਜਾਊਗਾ ਉਹ ਸੱਚਖੰਡ ਜਾਊਗਾ, ਕੁਛ ਵੀ ਕਰ ਸਕਦਾ। ਪੱਗ ਵਾਲੇ ਬੰਦੇ ਨੂੰ ਕੋਈ ਸ਼ੱਕ ਥੋੜ੍ਹੀ ਕਰੂਗਾ, ਦਸਤਾਰ ਧਾਰੀ ਲੱਗੂਗਾ ਤਾਂ। ਸੋ ਇਹ ਅੱਜ ਸਾਨੂੰ ਪਤਾ ਲੱਗਾ ਸੀਗਾ, ਅਸੀਂ ਦੁਕਾਨਾਂ 'ਤੇ ਰੇਡ ਕੀਤੀ ਆ, ਲਾਈਵ ਇਹਨਾਂ ਨੂੰ ਫੜਿਆ ਵਾ। ਇੱਕ ਵਾਰੀ ਪਿਆਰ ਨਾਲ ਬੇਨਤੀ ਕਰਦੀ ਆ, ਇਸ ਤੋਂ ਬਾਅਦ ਕੋਈ ਬੇਨਤੀ ਨਹੀਂ ਹੋਊਗੀ। ਤੁਹਾਡੇ ਰਾਹੀਂ ਇਹ ਸਾਰੀਆਂ ਦੁਕਾਨਾਂ 'ਤੇ ਮੈਸੇਜ ਪਹੁੰਚ ਜਾਣਾ, ਬੰਦੇ ਦੇ ਪੁੱਤ ਬਣ ਜਾਣਗੇ ਤਾਂ ਠੀਕ ਆ, ਨਹੀਂ ਤਾਂ ਬਣਾਵਾਂਗੇ ਬਾਅਦ ਦੇ ਵਿੱਚ। ਕਿੰਨੀਆਂ ਦੁਕਾਨਾਂ ਟੋਟਲ ਹੈਗੀਆਂ? ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆ 5-7 ਦੁਕਾਨਾਂ ਦੀ ਹੈਗੀ ਸੀਗੀ, ਉਹ ਤੱਕ ਸਾਰੇ ਤੱਕ ਮੈਸੇਜ ਪਹੁੰਚ ਚੱਲਿਆ ਵਾ। ਜੇ ਮੈਸੇਜ ਪਹੁੰਚਣ ਤੋਂ ਬਾਅਦ ਉਹ ਨਾ ਹਟੇ ਫਿਰ ਹਟਾਵਾਂਗੇ। ਕਿਸ ਤਰ੍ਹਾਂ ਲੱਗਦਾ ਕਿ ਇਹ ਸਿੱਖ ਹੋ ਕੇ ਇਸ ਤਰ੍ਹਾਂ ਦੀ ਜਿਹੜੀ ਯਾਰ ਬੜੀ ਲਾਹਣਤ ਵਾਲੀ ਗੱਲ ਆ। ਦਸਤਾਰ ਦਾ ਕਦਰ ਕਿੱਡੀ ਵੱਡੀ ਆ, ਦਸਤਾਰ ਦਾ ਸਤਿਕਾਰ ਕੀ ਆ, ਕਿੰਨੀਆਂ ਕੁਰਬਾਨੀਆਂ ਨਾਲ ਦਸਤਾਰੇ ਹੋਂਦ 'ਚ ਆਈ ਆ। ਅੱਜ ਵੀ ਦਸਤਾਰ ਦੇ ਵਾਸਤੇ ਅਸੀਂ ਸਿਰ ਦੇਣ ਤੱਕ ਤਿਆਰ ਹੋ ਜਾਂਦੇ ਹਾਂ ਅਤੇ ਸਾਡੇ ਹੀ ਲੋਕ ਕਿਰਾਏ 'ਤੇ ਪੱਗਾਂ ਬਣਾਉਣ ਲੱਗ ਪਏ ਆ। ਇਸ ਤੋਂ ਬੜੀ ਲਾਹਣਤ ਵਾਲੀ ਕਿਹੜੀ ਗੱਲ ਹੋ ਗਈ? ਸ਼੍ਰੋਮਣੀ ਕਮੇਟੀ ਕੋਲ 1 ਮਹੀਨਾ ਪਹਿਲਾਂ ਖਬਰ ਜਾ ਚੁੱਕੀ ਆ ਜੀ। ਪਹਿਲਾਂ ਅਖਬਾਰ ਦੇ ਵਿੱਚ ਬਕਾਇਦਾ ਖਬਰ ਲੱਗੀ ਅਤੇ ਸ਼ਿਕਾਇਤ ਕੀਤੀ ਗਈ ਆ ਅਤੇ ਉਹਨਾਂ ਦੇ ਵੱਲੋਂ ਐਕਸ਼ਨ ਲੈਣ ਦੀ ਜਗ੍ਹਾ ਕਈ ਅਸੀਂ ਭੇਜਾਂਗੇ ਜੀ। ਉਹ ਜਾਗਰਤੀ ਦੇ ਕੇ ਆਉਣਗੇ ਜੀ, ਉਹ ਸਮਝਾ ਕੇ ਆਉਣਗੇ ਜੀ। ਦੱਸੋ, ਅੱਛਾ ਉਸ ਤੋਂ ਬਾਅਦ ਸਮਝਾਇਆ ਤਾਂ ਹੈ ਨਹੀਂ, ਉਸ ਤੋਂ ਬਾਅਦ ਸਾਡੇ ਤਾਂ ਹੈ ਨਹੀਂ ਉਹਨਾਂ, ਤੁਹਾਨੂੰ ਪਤਾ ਹੀ ਹੈ ਭਾਈ, ਤਨਖਾਹ ਵਾਲੇ ਬੰਦੇ ਨੇ ਤਾਂ ਉਹ ਤਾਂ ਰੋਟੀਆਂ ਕਾਰਡ ਪੂਰੇ ਤਾਲ ਵਾਲਾ ਸਿਸਟਮ ਉਹਨਾਂ ਦਾ। ਨਾ ਹਟੇਗਾ ਤਾਂ ਸੁੱਧ ਲਾਇਆ ਜਾਏਗਾ ਸਪਸ਼ਟ ਤੌਰ 'ਤੇ? ਭਾਈ ਸਾਹਿਬ ਸਾਡਾ ਤਾਂ ਕਲੀਅਰ ਹੀ ਹੈ ਜੀ, ਅਸੀਂ ਪ੍ਰਸ਼ਾਸਨ ਨੂੰ ਥੋੜ੍ਹੀ ਜਾਵਾਂਗੇ ਜੀ, ਪ੍ਰਸ਼ਾਸਨ ਸਾਡਾ ਧਾਰਮਿਕ ਮਸਲਾ ਵੇਖ ਕੇ, ਅਸੀਂ ਆਪ ਵੇਖਾਂਗੇ। ਦੇਖੋ, ਅਸੀਂ ਬੇਨਤੀ ਬੜਿਆਂ ਵਾਲਿਆਂ ਨੂੰ ਕਰ ਚੁੱਕੇ ਹਾਂ, ਫਿਰ ਵੀ ਸਮਝਾਉਂਦੇ ਹਾਂ, ਤੁਸੀਂ ਵੀ ਸਮਝਾਓ, ਅਸੀਂ ਵੀ ਸਮਝਾਉਂਦੇ ਹਾਂ ਕਿ ਪਹਿਲਾਂ ਤਾਂ ਰੁਮਾਲਿਆਂ 'ਤੇ ਤਾਂ ਗੁਰਬਾਣੀ ਲਿਖੀ ਆ, ਅਸੀਂ ਉਹ ਬੜੀ ਵਾਰੀ ਹਟਾ ਚੁੱਕੇ ਹਾਂ, ਜਿੱਥੋਂ ਛਪਾਈਆਂ ਹੁੰਦੀਆਂ ਸੀ ਮੈਂ ਉੱਥੋਂ ਤੱਕ ਵੀ ਲਿਖ ਕੇ ਦੇ ਚੁੱਕਾ ਵਾਂ। ਉਹ ਹਰ ਜਾਂਦੇ ਬਹੁਤ ਵਧੀਆ ਗੱਲ ਆ, ਕਿਉਂਕਿ ਅਸੀਂ ਰੋਜ਼ੀ ਰੋਟੀ, ਚਲੋ ਅਸੀਂ ਕਿਸੇ ਨੂੰ ਕੁਛ ਕਹਿਣਾ ਨਹੀਂ ਚਾਹੁੰਦੇ, ਪਰ ਇਹ ਤਾਂ ਬੰਦੇ ਖੁਦ ਸੋਚਣ, ਨਹੀਂ ਤਾਂ ਫਿਰ ਹਾਲਤ ਤਾਂ ਬਾਅਦ 'ਚ ਹੈ ਹੀ ਆ। ਇਸ ਦੇ ਨਾਲ ਹੀ ਦੁਕਾਨਦਾਰ ਨੇ ਮਾਫ਼ੀ ਮੰਗਦੇ ਹੋਏ ਅੱਗੋਂ ਅਜਿਹਾ ਨਾ ਕਰਨ ਦੀ ਵੀ ਗੱਲ ਆਖੀ ਹੈ। ਮੇਰਾ ਨਾਮ ਵਾਹਿਗੁਰੂ ਸਿੰਘ ਆ। ਦੁਕਾਨ ਕੀ ਹੈ? ਦੁਕਾਨ ਕੀ ਨਾਮ ਦਾ? ਦੁਕਾਨ ਦਾ ਨਾਮ ਮਹਾ ਜੋੜ ਕੇ ਬੇਨਤੀ ਅੱਗੋਂ ਤੋਂ ਨਹੀਂ ਬਣਦਾ। ਚਲੋ ਕੋਈ ਗੱਲ ਨਹੀਂ, ਇੱਕ ਦੱਸੋ ਤੁਸੀਂ ਵੀ ਕਾਰਨ ਕਿਉਂ, ਆਪਾਂ ਕਿੰਨੇ ਪੈਸੇ ਲੈਂਦੇ ਸੀ ਪੱਗ ਬੰਨਣ ਦੇ? ਸਿਰਫ 50 ਰੁਪਏ ਲਈਦੀ ਸੀ ਜੀ ਬਣਾਈ ਦੇ, ਅੱਗੋਂ ਤੋਂ ਨਹੀਂ ਬੰਨਾਂਗੇ ਜੀ। ਤੇ ਕਿੰਨੀ ਦੇਰ ਤੋਂ ਕਰਦੇ ਪਏ ਸੀ ਇਹ? ਸਾਨੂੰ ਸਾਰਾ ਮਹੀਨਾ ਕੁ ਹੋਇਆ ਜੀ। ਤੇ ਹੋਰ ਕਿੰਨੀ ਦੁਕਾਨਾਂ ਇੱਥੇ? ਇੱਥੇ 2-3 ਦੁਕਾਨਾਂ ਅੱਗੇ ਗਈਆਂ, ਮੈਂ ਅੱਜ ਤੋਂ ਬਾਅਦ ਬੰਦ ਕਰ ਲੱਗਦਾ। ਵੈਸੇ ਕੀ ਕਰਨਾ ਚਾਹੀਦਾ, ਕਿਉਂਕਿ ਕੁਰਬਾਨੀਆਂ ਦਿੱਤੀਆਂ ਸੀ ਬਾਬਾ ਜੀ, ਬੜੀਆਂ ਸ਼ਹਾਦਤਾਂ ਹੋਈਆਂ ਸਿੱਖਾਂ ਦੀ, ਤੇ ਹੁਣ ਕਿਰਾਏ ਦੇ ਮਿਲਣ ਲੱਗ ਪਣਗੀਆਂ ਬਾਬਾ ਜੀ? ਹੁਣ ਬੰਦ ਕਰ ਦਿੱਤੀ ਜੀ, ਹੁਣ ਅੱਗੋਂ ਤੋਂ ਨਹੀਂ ਬੰਨਾਂਗੇ ਜੀ। ਮੇਰੇ ਜਦੋਂ ਕੰਮ ਕਰ ਰਹੇ ਤੁਸੀਂ 1 ਮਹੀਨਾ ਹੋ ਗਿਆ, ਕੌਣ ਇੱਥੇ ਪਹੁੰਚੇ ਨੇ ਕਿੰਨੇ ਪੈਸੇ ਬੰਦ ਕਰਨ ਵਾਸਤੇ? ਕੌਣ ਆਇਆ ਇੱਥੇ? ਹਾਂਜੀ, ਕੌਣ ਆਇਆ ਤੁਹਾਡੇ ਬੰਦ ਕਰਨ ਵਾਸਤੇ? ਨਿਹੰਗ ਸਿੰਘ ਆਏ ਨੇ। ਇਹ ਬਾਬਾ ਜੀ ਤੁਸੀਂ ਆਪ ਹੀ ਆਏ ਹੋ? ਇਹ ਨਿਹੰਗ ਸਿੰਘ ਆਇਆ ਸੀ ਲੈ ਕੇ ਬੰਦੇ ਨੂੰ, ਇਹੋ ਹੀ ਵੀ ਇਹਨਾਂ ਨੂੰ ਪੱਗ ਬੰਨਣੀ ਆ, ਮੈਂ ਅੱਗੋਂ ਤੋਂ ਨਹੀਂ ਬੰਨਾਂ। ਕਿੰਨੇ ਪੈਸੇ ਲੈਂਦੇ ਪੱਗ ਬੰਨਣ ਦੇ? ਸਿਰਫ 50 ਰੁਪਏ।